ਉੱਥੇ ਉਹ ਬੰਦੇ ਨੇ ਕਿਹਾ ਵੀ ਮੁੰਡਾ ਕਿੱਥੇ ਹੈ ਤੇਰਾ, ਤਾਂ ਮੈਂ ਥੋੜ੍ਹਾ ਜਿਹਾ ਹੋਇਆ, ਮੈਂ ਕਿਹਾ ਯਾਰ ਕਿਉਂ ਪੁੱਛ ਰਿਹਾ? ਫਿਰ ਮੈਂ ਕਿਹਾ ਜੀ ਤੁਸੀਂ ਕੌਣ ਬੋਲ ਰਹੇ ਹੋ, ਕਿੱਥੇ ਬੋਲ ਰਹੇ ਹੋ? ਜੀ ਮੈਂ ਫਲਾਣੇ ਥਾਣੇ ਤੋਂ ਬੋਲ ਰਿਹਾ, ਪਤਾ ਨਹੀਂ ਕੋਈ ਪੰਜਾਬ ਦੇ ਥਾਣੇ ਦਾ ਨਾਮ ਲਿਆ। ਮੈਂ ਕਿਹਾ ਨੰਬਰ ਪਾਕਿਸਤਾਨ ਦਾ, ਕਹਿ ਰਹੇ ਥਾਣੇ ਤੋਂ ਹੈ। ਬਾਅਦ 'ਚ ਮੈਨੂੰ ਕਿਸੇ ਨੇ ਦੱਸਿਆ ਕਿ ਇਹ ਸ਼ਾਇਦ ਕੋਈ ਰੈਕਟ ਹੈ ਜਿਹੜਾ ਕਹਿੰਦਾ ਕਿ ਤੁਹਾਡੇ ਮੁੰਡੇ ਨੂੰ ਜੀ ਅਸੀਂ ਫਲਾਣੀ ਜਗ੍ਹਾ ਅਰੈਸਟ ਕੀਤਾ ਹੋਇਆ, ਜੇ ਤੁਸੀਂ ਉਹਨੂੰ ਛੁਡਾਉਣਾ ਚਾਹੁੰਦੇ ਹੋ ਤਾਂ ਪੈਸੇ ਪਾ। ਪਰ ਅੱਜ ਜਿਹੜਾ ਫੋਨ ਆਇਆ ਉਹ ਡਿਫਰੈਂਟ ਸੀਗਾ। ਸਵੇਰੇ 9:30 ਵਜੇ ਕਾਲ ਪਾਕਿਸਤਾਨ ਦੇ ਨੰਬਰ ਤੋਂ ਆਉਂਦੀ ਹੈ, ਫਿਰ ਕਹਿੰਦਾ ਬੋਲਦਾ ਨਹੀਂ ਪੁੱਤ। ਫਿਰ ਮੈਂ ਕੁਛ ਸ਼ਾਇਦ ਕੋਈ ਰਿਸ਼ਤੇਦਾਰੀ ਨਾ ਹੋਵੇ ਵੀ ਜਿਹੜਾ ਪੁੱਤ ਪੁੱਤ ਕਰਕੇ ਗੱਲ ਕਰ ਰਿਹਾ। ਪਰ ਉਸ ਤੋਂ ਬਾਅਦ ਜਦੋਂ ਉਹਨੇ ਕਿਹਾ ਕਿ ਕੋਈ ਗੱਲ ਨਹੀਂ, ਫਿਰ ਕਹਿੰਦਾ ਕਰ ਦਾਂਗੇ ਤੇਰਾ ਇਲਾਜ, ਇਹ ਵਰਡ ਜਦੋਂ ਨੇ ਬੋਲੇ, ਫਿਰ ਮੈਂ ਫੋਨ ਨੂੰ ਬੰਦ ਕਰ ਦਿੱਤਾ। ਮੈਂ ਕੋਈ ਰਿਸਪੋਂਸ ਨਹੀਂ ਕੀਤਾ। 2-3 ਮਿੰਟ ਤੋਂ ਬਾਅਦ ਕੱਟ ਗਿਆ ਔਰ ਮੈਂ ਉਸ ਤੋਂ ਬਾਅਦ ਕੋਈ ਕਾਲ ਬੈਕ ਨਹੀਂ ਕੀਤਾ। ਮੈਂ ਸਿੱਧਾ SSP ਨਾਲ ਗੱਲ ਕੀਤੀ ਔਰ SHO ਨਾਲ, ਕੰਸਰਨ ਨਾਲ ਗੱਲ ਕਰਕੇ ਇੱਕ ਰਿਟਨ ਦੇ ਵਿੱਚ ਕੰਪਲੇਂਟ ਜਿਹੜੀ ਉੱਥੇ ਦੇ ਆਇਆ ਔਰ DSP ਨੂੰ। ਜਿਸ ਦਿਨ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਚੰਡੀਗੜ੍ਹ ਦਾ ਇਲੈਕਸ਼ਨ ਸੀਗਾ 4 ਮਾਰਚ ਨੂੰ, ਉਸ ਦਿਨ ਮੇਰੇ ਨਾਲ BJP ਦੇ ਕੁਛ ਲੀਡਰਸ ਵੀ ਨੀਚੇ ਖੜੇ ਸੀ, ਅਸੀਂ ਰਿਜ਼ਲਟ ਦੀ ਵੇਟ ਕਰ ਰਹੇ ਸੀਗੇ। ਔਰ ਤਦ ਮੈਨੂੰ ਇਹ ਪਹਿਲੀ ਕਾਲ 4 ਮਾਰਚ ਨੂੰ ਆਈ ਪਾਕਿਸਤਾਨ ਦੇ ਨੰਬਰ ਤੋਂ ਔਰ ਮੈਂ ਅਸੀਂ ਹਸੀ ਮਜ਼ਾਕ ਦੀ ਗੱਲ ਚੱਲ ਰਹੀ ਸੀ। ਮੈਂ ਕਿਹਾ ਦੇਖੋ ਪਾਕਿਸਤਾਨ ਤੋਂ ਵੀ ਕਾਲਸ ਆਉਣੇ ਸ਼ੁਰੂ ਹੋ ਗਿਆ, ਅਤੇ ਮੈਂ ਸਪੀਕਰ ਉਸ ਟਾਈਮ ਔਨ ਕਰਤਾ ਸੀਗਾ ਅਤੇ ਉੱਥੇ ਸਾਰੇ BJP ਦੇ ਲੀਡਰ ਵੀ ਖੜੇ ਸੀ, ਬਾਕੀ ਲੋਕ ਵੀ ਖੜੇ ਸੀਗੇ। ਉੱਥੇ ਉਹ ਬੰਦੇ ਨੇ ਕਿਹਾ ਵੀ ਮੁੰਡਾ ਕਿੱਥੇ ਹੈ ਤੇਰਾ, ਤਾਂ ਮੈਂ ਥੋੜ੍ਹਾ ਜਿਹਾ ਹੋਇਆ, ਮੈਂ ਕਿਹਾ ਯਾਰ ਕਿਉਂ ਪੁੱਛ ਰਿਹਾ? ਫਿਰ ਮੈਂ ਕਿਹਾ ਜੀ ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਜੀ ਮੈਂ ਫਲਾਣੇ ਥਾਣੇ ਤੋਂ ਬੋਲ ਰਿਹਾ, ਪਤਾ ਨਹੀਂ ਕੋਈ ਪੰਜਾਬ ਦੇ ਥਾਣੇ ਦਾ ਨਾਮ ਲਿਆ। ਮੈਂ ਕਿਹਾ ਨੰਬਰ ਪਾਕਿਸਤਾਨ ਦਾ, ਕਹਿ ਰਹੇ ਹੋ ਥਾਣੇ ਤੋਂ ਹੈ, ਤਾਂ ਮੈਂ ਜ਼ਿਆਦਾ ਉਸ ਗੱਲ ਨੂੰ ਤਵੱਜੋ ਨਹੀਂ ਦਿੱਤੀ ਔਰ ਫੋਨ ਨੂੰ ਬੰਦ ਕਰ ਦਿੱਤਾ। ਔਰ ਬਾਅਦ 'ਚ ਮੈਨੂੰ ਕਿਸੇ ਨੇ ਦੱਸਿਆ ਕਿ ਇਹ ਸ਼ਾਇਦ ਕੋਈ ਰੈਕਟ ਹੈ ਜਿਹੜਾ ਕਹਿੰਦਾ ਕਿ ਤੁਹਾਡੇ ਮੁੰਡੇ ਨੂੰ ਜੀ ਅਸੀਂ ਫਲਾਣੀ ਜਗ੍ਹਾ ਅਰੈਸਟ ਕੀਤਾ ਹੋਇਆ, ਜੇ ਤੁਸੀਂ ਉਹਨੂੰ ਛੁਡਾਉਣਾ ਚਾਹੁੰਦੇ ਹੋ ਤਾਂ ਪੈਸੇ ਪਾ ਦਿਓ। ਪਰ ਅੱਜ ਜਿਹੜਾ ਫੋਨ ਆਇਆ ਉਹ ਡਿਫਰੈਂਟ ਸੀਗਾ। ਸਵੇਰੇ 9:30 ਵਜੇ ਕਾਲ ਪਾਕਿਸਤਾਨ ਦੇ ਨੰਬਰ ਤੋਂ ਆਉਂਦੀ ਹੈ, ਮੈਂ ਉਹਨੂੰ ਅੱਜ ਫਿਰ ਚੱਕ ਲਿਆ ਅਤੇ ਮੈਂ ਆਪਣੀ ਵਾਈਫ ਨੂੰ ਇਸ਼ਾਰਾ ਕੀਤਾ ਵੀ ਰਿਕਾਰਡ ਕਰਨ ਵਾਸਤੇ ਵੀ ਆਪਣਾ ਫੋਨ ਲਿਆ, ਉਹਦਾ ਫੋਨ ਚਾਰਜਿੰਗ 'ਤੇ ਲੱਗਿਆ ਹੋਇਆ ਸੀਗਾ। ਅਤੇ ਜਦ ਤੱਕ ਮੈਂ ਫੋਨ ਨੂੰ ਔਨ ਕੀਤਾ ਔਰ ਸਪੀਕਰ 'ਤੇ ਉਹਨੂੰ ਕੀਤਾ ਤਾਂ ਮੈਂ ਕੁਛ ਬੋਲਿਆ ਨਹੀਂ, ਉੱਧਰੋਂ 2-3 ਵਾਰੀ ਹੈਲੋ ਹੈਲੋ ਮਜ਼ਾ ਹੀ, ਮੈਂ ਤਾਂ ਵੀ ਕੁਛ ਨਹੀਂ ਬੋਲਿਆ। ਫਿਰ ਉਸ ਸ਼ਖਸ ਨੇ ਮੇਰਾ ਨਾਮ ਲਿਆ ਲੱਕੀ, ਮੈਂ ਸੋਚਿਆ ਸ਼ਾਇਦ ਮੇਰਾ ਕੋਈ ਜਾਣਕਾਰ ਨਾ ਹੋਵੇ। ਫਿਰ ਉਹਨੇ ਬੋਲਿਆ, ਮੈਂ ਫਿਰ ਵੀ ਚੁੱਪ ਰਿਹਾ, ਮੈਂ ਕਿਹਾ ਅੱਗੇ ਦੇਖੋ ਕੀ ਬੋਲਦਾ। ਫਿਰ ਉਹਨੇ ਬੋਲਿਆ ਲੱਕੀ, ਫਿਰ ਕਹਿੰਦਾ ਬੋਲਦਾ ਨਹੀਂ ਪੁੱਤ। ਫਿਰ ਮੈਂ ਕਿਹਾ ਸ਼ਾਇਦ ਕੋਈ ਰਿਸ਼ਤੇਦਾਰੀ ਨਾ ਹੋਵੇ ਵੀ ਜਿਹੜਾ ਪੁੱਤ ਪੁੱਤ ਕਰਕੇ ਗੱਲ ਕਰ ਰਿਹਾ। ਪਰ ਉਸ ਤੋਂ ਬਾਅਦ ਜਦ ਉਹਨੇ ਕਿਹਾ ਕਿ ਕੋਈ ਗੱਲ ਨਹੀਂ, ਫਿਰ ਕਹਿੰਦਾ ਕਰ ਦਾਂਗੇ ਤੇਰਾ ਇਲਾਜ, ਇਹ ਵਰਡ ਜਦ ਉਹਨੇ ਬੋਲੇ, ਫਿਰ ਮੈਂ ਫੋਨ ਨੂੰ ਬੰਦ ਕਰ ਦਿੱਤਾ। ਮੈਂ ਕੋਈ ਰਿਸਪੋਂਸ ਨਹੀਂ ਕੀਤਾ ਔਰ ਸੈਕਿੰਡ ਫੋਨ, ਜਦ ਤੱਕ ਮੇਰੀ ਵਾਈਫ ਆਪਣਾ ਫੋਨ ਲੈ ਕੇ ਆਉਂਦੀ ਔਰ ਤਦ ਤੱਕ ਸੈਕਿੰਡ ਬੈਲ ਨਾਲ ਦੇ ਨਾਲ ਹੀ ਵੱਜੀ ਔਰ ਉਸ ਤੋਂ ਬਾਅਦ 2-3 ਬੈਲ ਤੋਂ ਬਾਅਦ ਕੱਟ ਗਿਆ ਔਰ ਮੈਂ ਉਸ ਤੋਂ ਬਾਅਦ ਕੋਈ ਕਾਲ ਬੈਕ ਨਹੀਂ ਕੀਤਾ। ਮੈਂ ਸਿੱਧਾ SSP ਨਾਲ ਗੱਲ ਕੀਤੀ ਔਰ SHO ਨਾਲ, ਕੰਸਰਨ ਨਾਲ ਗੱਲ ਕਰਕੇ ਇੱਕ ਰਿਟਰਨ ਦੇ ਵਿੱਚ ਕੰਪਲੇਂਟ ਜਿਹੜੀ ਉੱਥੇ ਦੇ ਆਇਆ ਔਰ DSP ਨੂੰ ਵੀ। ਇਹ ਦੇਖਣਾ ਚਾਹਾਂਗੇ ਸਰ ਕਿ ਜਿਹੜਾ ਨੰਬਰ ਤੋਂ ਕਾਲ ਆ ਰਹੀ ਹੈ ਇਹ ਕੰਟੀਨਿਊ ਉਹੀ ਨੰਬਰ ਨੇ, ਕਿਉਂਕਿ ਹਾਂ ਇਹ ਬਿਲਕੁਲ ਸਵੇਰ ਦੇ 4 ਵਾਰੀ ਇਸੇ ਨੰਬਰ ਤੋਂ ਕਾਲ ਆਈ ਹੈ। ਆ ਤੁਸੀਂ ਦੇਖੋ ਹੁਣ ਵੀ ਆਨਲਾਈਨ ਹੈ ਇਹ ਨੰਬਰ, ਇਹ ਆਨਲਾਈਨ ਹੈ ਔਰ ਇਹ ਨੰਬਰ ਹੈ, ਇਸ 'ਤੇ ਲਿਖਿਆ ਹੋਇਆ 9-2 ਨੀਚੇ ਲਿਖਿਆ ਫੋਨ ਨੰਬਰ ਫਰੋਮ ਪਾਕਿਸਤਾਨ ਜੈ ਬਲਕਾਰੀ ਨੋਟ ਅ ਕੰਟੈਕਟ ਨੋ ਕਾਮਨ ਗਰੁੱਪਸ। ਠੀਕ ਹੈ, ਇਹ ਸਵੇਰ ਦਾ 4 ਵਾਰੀ ਹੈ ਕਾਲ ਆ ਚੁੱਕੀ ਇਸ ਨੰਬਰ ਤੋਂ, 1 ਘੰਟਾ ਪਹਿਲੇ 1:04 ਤੇ, ਸਵੇਰੇ 9:32 ਤੇ, 9:30 ਤੇ, 4 ਕਾਲਸ ਆ ਚੁੱਕੀ ਹੈ। ਬਿਲਕੁਲ ਇੱਕੋ ਨੰਬਰ ਤੋਂ ਆ ਰਹੀ ਹੈ। ਹਾਂ ਜਿਹੜੀ 4 ਮਾਰਚ ਨੂੰ ਕਾਲ ਆਈ ਸੀ ਉਹ ਡਿਫਰੈਂਟ ਨੰਬਰ ਤੋਂ ਆਈ ਸੀ, ਉਹ ਵੀ ਪਾਕਿਸਤਾਨ ਦਾ ਹੀ ਨੰਬਰ ਸੀ। ਹੁਣ ਤੁਸੀਂ ਲੈਟਰ ਸਰ SSP ਨੂੰ ਦਿੱਤਾ? ਹਾਂ ਮੈਂ SSP ਨੂੰ ਲੈਟਰ ਹੀ ਦਿੱਤਾ ਕਿ ਵੀ ਜੀ ਇਹਦੀ ਵੈਰੀਫਿਕੇਸ਼ਨ ਕੀਤੀ ਜਾਏ, ਇਨਵੈਸਟੀਗੇਸ਼ਨ ਕੀਤੀ ਜਾਏ ਵੀ ਕੌਣ ਬੰਦਾ ਹੈ ਜਿਹੜਾ ਜਾਣ ਬੁੱਝ ਕੇ ਫੋਨ ਕਰਕੇ ਤੰਗ ਕਰ ਰਿਹਾ ਜਾਂ ਪਰੇਸ਼ਾਨ ਕਰ ਰਿਹਾ ਜਾਂ ਇੱਦਾਂ ਥ੍ਰੈਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਸ ਨੂੰ ਇਨਵੈਸਟੀਗੇਸ਼ਨ ਕੀਤੀ ਜਾਏ, ਉਹਦਾ IP ਐਡਰੈਸ ਲਿੱਤਾ ਜਾਏ, ਕੌਣ ਇਹਦੇ ਪਿੱਛੇ ਉਹਨੂੰ। ਤੁਸੀਂ ਕੰਪਲੇਂਟ ਕਰ ਰਹੇ ਹੋ ਕੋਈ ਪਿਛਲੀ ਕੋਈ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਕਿਸੇ ਤਰ੍ਹਾਂ ਦੀ ਕੋਈ ਰਾਇਵਲਰੀ? ਬਿਲਕੁਲ ਬਿਲਕੁਲ ਕੋਈ ਇਹੋ ਜਿਹੀ ਰਾਇਵਲਰੀ ਨਹੀਂ ਹੈ, ਕੋਈ ਇਹੋ ਜਿਹਾ ਮਤਲਬ ਹੀ ਨਹੀਂ ਹੈ। ਮੈਂ ਮਾਈਸੈਲਫ ਸਰਪ੍ਰਾਈਜ਼ਡ ਕਿਉਂ ਇਹ ਕਾਲਸ ਆ ਰਹੀਆਂ।